वाहिगुरु जी का खालसा वाहिगुरु जी की फतेह। पहरेदार चैनल देख रहे दर्शकों का मैं रीना रतू स्वागत करती हाँ। हाजिर हाँ तुहाडे लई अज दा मुद्दा प्रोग्राम लैके। साडा अज दा मुद्दा है श्री अकाल तख्त साहिब के जत्थेदार विरुद्ध इटली च होई नारेबाजी। श्री अकाल तख्त साहिब के जत्थेदार जो कि इटली दौरे ते गए सन, इटली दीआं संगतां ने उन्हां विरुद्ध जबरदस्त नारेबाजी कीती है। तुसीं इस शब्द दे की अर्थ कढ़दे हो? ਬੀਬਾ, ਮੈਂ ਸਮਝਦਾ ਕਿ ਇਹ ਜਿਹੜੀ ਘਟਨਾ ਵਾਪਰੀ ਆ ਇਹ ਬੇਹੱਦ ਸ਼ਰਮਨਾਕ ਹੈ। ਜਿਵੇਂ ਕਿ ਅਸੀਂ ਸਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਹੈ, ਮੀਰੀ ਪੀਰੀ ਦੇ ਸਿਧਾਂਤ ਦਾ ਪ੍ਰਤੀਕ ਹੈ, ਅਤੇ ਉਸ ਤਖ਼ਤ ਦਾ ਜਿਹੜਾ ਜਥੇਦਾਰ ਹੈ ਉਹਦੀ ਸਿੱਖਾਂ ਦੇ ਵਿੱਚ ਇੱਕ ਵਿਸ਼ੇਸ਼ ਅਹਿਮੀਅਤ ਹੈ। ਪਰੰਤੂ ਜਦੋਂ ਉਹ ਤਖ਼ਤ ਦਾ ਜਥੇਦਾਰ ਵਿਦੇਸ਼ ਦੌਰੇ 'ਤੇ ਗਿਆ, ਇਟਲੀ ਗਿਆ, ਅਤੇ ਇਟਲੀ ਦੀਆਂ ਸੰਗਤਾਂ ਨੇ ਉਹਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਆ। ਇੱਕ ਪਾਸੇ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਨਾਰਾ ਬੁਲੰਦ ਕਰਦੀਆਂ ਨੇ, ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਅਤੇ ਦੂਸਰੇ ਪਾਸੇ ਸੰਗਤਾਂ ਇਹ ਨਾਰਾ ਲਾਉਣ ਕਿ ਅਕਾਲ ਤਖ਼ਤ ਦਾ ਜਥੇਦਾਰ ਕੌਮ ਦਾ ਗਦਾਰ। ਸੋ ਇਹ ਜੋ ਕੁਝ ਉਸ ਵਾਪਰਿਆ ਇਟਲੀ ਦੇ ਨੋਵੇਲਰਾ ਦਾ ਜਿਹੜਾ ਸ਼ਹਿਰ ਆ, ਉੱਥੇ ਜਿਹੜਾ ਸਿੰਘ ਸਭਾ ਗੁਰਦੁਆਰਾ, ਉੱਥੇ ਜਥੇਦਾਰ ਸਾਹਿਬ ਗਏ ਅਤੇ ਸੰਗਤਾਂ ਨੇ ਉਹਨਾਂ ਦਾ ਜਿਹੜਾ ਇਸ ਰੂਪ ਦੇ ਵਿੱਚ ਵਿਰੋਧ ਕੀਤਾ। ਸੋ ਇਹ ਮੈਂ ਸਮਝਦਾ ਕਿ ਬੇਹੱਦ ਸ਼ਰਮਨਾਕ ਕਾਂਡ ਵਾਪਰਿਆ, ਜਿਹਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਹਰ ਸਿੱਖ ਨੂੰ ਆਪਣੇ ਮਨ 'ਚ ਝਾਤੀ ਮਾਰਨੀ ਪਊਗੀ ਕਿ ਆਖਿਰ ਅੱਜ ਇਹ ਨੌਬਤ ਕਿਵੇਂ ਕਿੱਥੋਂ ਤੱਕ ਪਹੁੰਚ ਗਈ ਆ ਕਿ ਨੌਬਤ ਇਹ ਆ ਗਈ ਆ ਕਿ ਸਿੱਖ ਸੰਗਤਾਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਪੈ ਗਈ ਆ, ਉਹ ਵੀ ਵਿਦੇਸ਼ਾਂ ਦੀ ਧਰਤੀ 'ਤੇ ਜਿੱਥੋਂ ਸਾਰੀ ਗੱਲ ਆ ਜਿਹੜੀ ਉਹ ਸਮੁੱਚੇ ਵਿਸ਼ਵ ਵਿੱਚ ਜਾਣੀ ਆ। ਕਿਉਂਕਿ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਆ ਉਹਨੂੰ ਮਤਲਬ ਦੁਨੀਆ ਦੇ ਵਿੱਚ ਇਹ ਸਮਝਿਆ ਜਾਂਦਾ ਕਿ ਜਿਸ ਤਰ੍ਹਾਂ ਇਸਾਈਆਂ ਦਾ ਪੋਪ ਦੀ ਪਦਵੀ ਆ, ਉਸੇ ਤਰ੍ਹਾਂ ਸਿੱਖਾਂ ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਆ। ਸੋ ਉਹਨਾਂ ਦੇ ਵਿਰੁੱਧ ਹੋਈ ਜਿਹੜੀ ਇਹ ਨਾਅਰੇਬਾਜ਼ੀ ਆ, ਅਤੇ ਨਾਅਰੇਬਾਜ਼ੀ 'ਚ ਵੀ ਕੌਮ ਦਾ ਗਦਾਰ ਕਿਹਾ ਜਾਣਾ, ਸੋ ਬਹੁਤ ਵੱਡੀ ਘਟਨਾ ਵਾ। ਅਤੇ ਇਹਦੇ ਬਾਰੇ ਸਾਨੂੰ ਸਾਰਿਆਂ ਨੂੰ, ਮੈਂ ਜਿਵੇਂ ਗੱਲ ਕੀਤੀ ਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ, ਕਿ ਆਖਰ ਨੂੰ ਨੌਬਤ ਕਿੱਥੋਂ ਅਤੇ ਕਿੱਥੇ ਤੱਕ ਆ ਗਈ ਕਿ ਜਿੱਥੇ ਸੰਗਤਾਂ ਨੇ ਉਹਨਾਂ ਦਾ ਸਨਮਾਨ ਕਰਨਾ ਸੀ, ਸੰਗਤਾਂ ਨੇ ਉਹਨਾਂ ਨੂੰ ਆਦਰ ਦੇਣਾ ਸੀ, ਉੱਥੇ ਸੰਗਤਾਂ ਉਹਨਾਂ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੀਆਂ ਨੇ। ਸੋ ਇਹਦੇ ਲਈ ਸਥਿਤੀ ਕਿਉਂ ਪੈਦਾ ਹੋਈ ਆ, ਕਿਵੇਂ ਪੈਦਾ ਹੋਈ ਆ, ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਮਿਲ ਬੈਠ ਕੇ ਵਿਸ਼ੇਸ਼ ਰੂਪ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਮ ਸਿੱਖ ਸੰਗਤਾਂ ਨੂੰ ਕਿ ਇਹ ਸਥਿਤੀ ਕਿਉਂ ਪੈਦਾ ਹੋ ਗਈ ਆ ਉਹਦੇ ਬਾਰੇ ਜ਼ਰੂਰ ਵਿਚਾਰ ਕਰਨਾ ਪਊਗਾ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਇੱਕ ਅਹਿਮੀਅਤ ਹੈ, ਇੱਕ ਬਹੁਤ ਹੀ ਜ਼ਿੰਮੇਵਾਰ ਅਤੇ ਸਤਿਕਾਰਯੋਗ ਅਹੁਦਾ ਹੈ। ਕੀ ਅਕਾਲ ਤਖ਼ਤ ਦੇ ਜਥੇਦਾਰ ਦਾ ਸਨਮਾਨ ਅਤੇ ਸਤਿਕਾਰ ਬਣਿਆ ਨਹੀਂ ਰਹਿਣਾ ਚਾਹੀਦਾ, ਅਤੇ ਜੇ ਬਣਿਆ ਰਹਿਣਾ ਚਾਹੀਦਾ ਹੈ ਤਾਂ ਇਸ ਦੇ ਬਾਰੇ ਕੀ ਕੀਤਾ ਜਾ ਸਕਦਾ ਹੈ? ਦੇਖੋ, ਸ਼੍ਰੀ ਅਕਾਲ ਤਖ਼ਤ ਸਾਹਿਬ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਕਿ ਸਿੱਖਾਂ ਦੀ ਸਰਵਉੱਚ ਸੰਸਥਾ, ਕੋਈ ਵੀ ਸੱਚਾ ਸਿੱਖ ਆ ਜਿਹੜਾ ਉਹ ਸੁਪਨੇ ਵਿੱਚ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਕਿੰਤੂ ਪਰੰਤੂ ਕਰਨ ਬਾਰੇ ਨਹੀਂ ਸੋਚ ਸਕਦਾ। ਸੋ ਅਕਾਲ ਤਖ਼ਤ ਦੀ ਜਿਹੜੀ ਅਕਾਲ ਤਖ਼ਤ ਪ੍ਰਤੀ ਸਤਿਕਾਰ ਆ, ਸ਼ਰਧਾ, ਉਹ ਹਰ ਸਿੱਖ ਦੇ ਮਨ ਦੇ ਵਿੱਚ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰੰਤੂ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੈ ਉਹ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਤਨਖਾਹਦਾਰ ਮੁਲਾਜ਼ਮ ਹੈ, ਜਿਹੜੀ ਗੱਲ ਸਾਡੀ ਕੌਮ ਨੇ ਅੱਜ ਤੱਕ ਨਹੀਂ ਸਮਝੀ, ਸਮਝਦਿਆਂ ਹੋਇਆ ਸਾਰੇ ਜਾਣਦਿਆਂ ਸੀ ਕਿ ਸ਼੍ਰੋਮਣੀ ਕਮੇਟੀ ਦਾ ਤਨਖਾਹਦਾਰ ਮੁਲਾਜ਼ਮ ਆ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ। ਇੱਕ ਮਿੰਟ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਉਹਨੂੰ ਉਹਦੇ ਅਹੁਦੇ ਤੋਂ ਫਾਰਗ ਕਰ ਦਿੰਦੀ ਆ, ਹਾਲਾਂਕਿ ਇਹ ਕਿਸੇ ਨੇ ਕੋਈ ਆਪਣਾ ਨੌਕਰ ਹਟਾਉਣਾ ਹੋਵੇ ਉਹਦੇ ਲਈ ਵੀ ਵੱਧ ਸਮਾਂ ਲੱਗਦਾ, ਪਰੰਤੂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਉਹਦੀ ਪਦਵੀ ਤੋਂ ਹਟਾਉਣ ਲਈ ਉਨਾ ਸਮਾਂ ਸ਼੍ਰੋਮਣੀ ਕਮੇਟੀ ਨਹੀਂ ਲਾਉਂਦੀ ਹੈਗੀ। ਸੋ ਇੱਕ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਨਖਾਹਦਾਰ ਮੁਲਾਜ਼ਮ ਆ, ਅਤੇ ਇੱਕ ਪਰਿਵਾਰ ਆ ਜਿਹੜਾ ਜੇ ਅਸੀਂ ਸਿੱਧੇ ਰੂਪ 'ਚ ਗੱਲ ਕਰੀਏ ਬਾਦਲ ਪਰਿਵਾਰ ਦਾ ਅੱਜ ਗਲਬਾ ਹੈ, ਉਹਦਾ ਸ਼੍ਰੋਮਣੀ ਕਮੇਟੀ 'ਤੇ ਵੀ ਗਲਬਾ, ਉਹਦਾ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਗਲਬਾ ਵਾ, ਉਹਦਾ ਪੰਜਾਬ ਦੀ ਸਰਕਾਰ 'ਤੇ ਵੀ ਗਲਬਾ। ਸੋ ਜੋ ਬਾਦਲ ਪਰਿਵਾਰ ਚਾਹੁੰਦਾ ਉਹ ਸ਼੍ਰੋਮਣੀ ਕਮੇਟੀ ਕਰਦੀ ਆ, ਸੋ ਉਹ ਸ਼੍ਰੋਮਣੀ ਕਮੇਟੀ ਚਾਹੁੰਦੀ ਆ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕਰਦਾ। ਸੋ ਇੱਕ ਤਨਖਾਹਦਾਰ ਮੁਲਾਜ਼ਮ ਤੋਂ ਜੇ ਅਸੀਂ ਇਸ ਗੱਲ ਦੀ ਉਮੀਦ ਰੱਖੀਏ ਕਿ ਉਹ ਆਜ਼ਾਦ ਫੈਸਲੇ ਲੈ, ਸਾਡੇ ਲਈ ਸਭ ਤੋਂ ਜਿਹੜੀ ਵੱਡੀ ਲੋੜ ਆ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੀਰੀ ਪੀਰੀ ਦੇ ਸਿਧਾਂਤ ਦੀ ਸਥਾਪਨਾ ਕਰਦਿਆਂ ਹੋਇਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਸੀ ਰਾਜਸੀ ਤਖ਼ਤ ਵਜੋਂ, ਦਿੱਲੀ ਦਾ ਤਖ਼ਤ, ਉਹਨੂੰ ਵੰਗਾਰ ਦੇਣ ਲਈ, ਉਹਨੂੰ ਚੁਣੌਤੀ ਦੇਣ ਲਈ, ਕੌਮ ਦੀ ਰਾਜਸੀ ਰੂਪ 'ਚ ਅਗਵਾਈ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਛੇਵੇਂ ਪਾਤਸ਼ਾਹ ਨੇ ਸਥਾਪਨਾ ਕੀਤੀ ਸੀ। ਪਰੰਤੂ ਅੱਜ ਅਸੀਂ ਕੌਮ ਇਹ ਗੱਲ ਭੁੱਲ ਗਏ ਹਾਂ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਹੋਣੀ ਸਭ ਤੋਂ ਜ਼ਰੂਰੀ ਆ। ਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਨਹੀਂ ਤਾਂ ਉਹਦਾ ਜਿਹੜਾ ਜਥੇਦਾਰ ਆ ਉਹ ਗੁਲਾਮ ਹੈ,
ਤਨਖਾਹਦਾਰ ਮੁਲਾਜ਼ਮ ਹੈ ਅਤੇ ਫਿਰ ਅਸੀਂ ਉਹਦੇ ਤੋਂ ਇਸ ਗੱਲ ਦੀ ਉਮੀਦ ਕਿਉਂ ਰੱਖਦੇ ਹਾਂ ਕਿ ਉਹ ਆਜ਼ਾਦ ਫੈਸਲੇ ਲਊਗਾ, ਉਹ ਕੌਮ ਦੇ ਹਿੱਤਾਂ ਵਿੱਚ ਫੈਸਲੇ ਲਊਗਾ? ਕਿਉਂਕਿ ਜੋ ਕੁਝ ਉਹਨੂੰ ਸੁਨੇਹਾ ਆਉਣਾ, ਜੋ ਕੁਝ ਉਹਦੇ ਕੋਲ ਲਿਖਤੀ ਆਦੇਸ਼ ਆਉਣੇ ਆ, ਉਹਨੇ ਸਿਰਫ ਅਤੇ ਸਿਰਫ ਉਹਨਾਂ ਤੱਕ ਹੀ ਸੀਮਤ ਰਹਿਣਾ, ਉਹੀ ਉਹਨੇ ਸੰਦੇਸ਼ ਅੱਗੇ ਦੇਣਾ। ਸੋ ਅਸੀਂ ਪਿਛਲੇ ਪਾਸ ਸਾਰਾ ਕੁਝ ਇਤਿਹਾਸ ਆ ਜਿਹੜਾ ਉਹ ਸਾਡੇ ਸਾਹਮਣੇ ਆ ਕਿ ਕਿਸ ਤਰ੍ਹਾਂ ਜਥੇਦਾਰਾਂ ਤੋਂ ਇਹਨਾਂ ਨੇ ਕੌਮ ਦੇ ਹਿੱਤਾਂ ਤੋਂ ਉਲਟ ਇਹਨਾਂ ਨੇ ਉਹਦਾ ਜਥੇਦਾਰਾਂ ਦੀ ਵਰਤੋਂ ਆ ਜਿਹੜੀ ਕੀਤੀ ਆ। ਸੋ ਕੌਮ ਦੇ ਮਨ ਦੇ ਵਿੱਚ ਇਸ ਗੱਲ ਦਾ ਜ਼ਰੂਰ ਰੋਹ ਅਤੇ ਰੋਸ ਆਉਂਦਾ ਕਿ ਸਾਡਾ ਕੌਮ ਦਾ ਜਥੇਦਾਰ ਹੋਵੇ ਅਤੇ ਉਹ ਗੁਲਾਮੀ ਕਰੇ। ਠੀਕ ਹੈ, ਇਹ ਗੱਲ ਅਸੀਂ ਉੱਪਰੋਂ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਕੌਮ ਦਾ ਜਥੇਦਾਰ ਅਤੇ ਗੁਲਾਮੀ, ਇਹ ਦੋ ਗੱਲਾਂ ਨੇ ਜਿਹੜੀਆਂ ਇੱਕ ਬਰਾਬਰ ਨਹੀਂ ਚੱਲ ਸਕਦੀਆਂ। ਪਰੰਤੂ ਕੌਮ ਇਹ ਭੁੱਲ ਜਾਂਦੀ ਆ ਕਿ ਜਥੇਦਾਰ ਆ ਜਿਹੜਾ ਉਹ ਤਨਖਾਹਦਾਰ ਮੁਲਾਜ਼ਮ ਆ, ਸ਼੍ਰੋਮਣੀ ਕਮੇਟੀ ਦਾ ਉਹ ਮੁਲਾਜ਼ਮ ਆ। ਸੋ ਜਦੋਂ ਤੱਕ ਅਸੀਂ ਇਸ ਗੱਲ ਨੂੰ ਦੂਰ ਨਹੀਂ ਕਰਦੇ, ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਨਹੀਂ ਹੁੰਦੀ, ਕੌਮ ਦਾ ਜਥੇਦਾਰ ਸਹੀ ਅਰਥਾਂ 'ਚ ਕੌਮ ਦਾ ਜਥੇਦਾਰ ਨਹੀਂ ਹੁੰਦਾ। ਪੋਪ ਆ ਜਿਹੜਾ ਉਹ ਸਮੁੱਚੇ ਈਸਾਈਆਂ ਦਾ ਪੋਪ ਆ, ਉਹਦੀ ਚੋਣ ਆ ਜਿਹੜੀ ਉਹ ਸਮੁੱਚੇ ਈਸਾਈ ਕਰਦੇ ਨੇ। ਸੋ ਇਸ ਤਰ੍ਹਾਂ ਜਦੋਂ ਤੱਕ ਕੌਮ ਦਾ ਜਥੇਦਾਰ, ਕੌਮ ਆਪਣਾ ਜਥੇਦਾਰ ਸਥਾਪਿਤ ਨਹੀਂ ਕਰਦੀ, ਸ਼੍ਰੋਮਣੀ ਕਮੇਟੀ ਨਾ ਉਹਨੂੰ ਸਥਾਪਿਤ ਕਰੇ, ਸ਼੍ਰੋਮਣੀ ਕਮੇਟੀ ਦਾ ਉਹ ਮੁਲਾਜ਼ਮ ਨਾ ਹੋਵੇ, ਸੋ ਜਦੋਂ ਤੱਕ ਕੌਮ ਆਪਣਾ ਜਥੇਦਾਰ ਖੁਦ ਸਥਾਪਿਤ ਨਹੀਂ ਕਰਦੀ, ਉਹਦੀ ਚੋਣ ਨਹੀਂ ਕਰਦੀ, ਉਦੋਂ ਤੱਕ ਅਸੀਂ ਇਸ ਤਰ੍ਹਾਂ ਦੀ ਉਮੀਦ ਆ ਜਿਹੜੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਨਹੀਂ ਰੱਖ ਸਕਦੇ ਕਿ ਉਹ ਕੌਮ ਦੇ ਹਿੱਤਾਂ 'ਚ ਜਾਂ ਕੌਮ ਦੇ ਹਿੱਤਾਂ 'ਚ ਆਜ਼ਾਦ ਫੈਸਲੇ ਉਹ ਲੈ ਸਕੂਗਾ। ਸੋ ਜਿਸ ਤਰ੍ਹਾਂ ਮੁਲਾਜ਼ਮ ਕਰਦੇ ਨੇ ਉਸੇ ਤਰ੍ਹਾਂ ਦਾ ਵਿਵਹਾਰ ਜਥੇਦਾਰ ਵੀ ਕਰ ਰਹੇ ਨੇ। ਤੁਸੀਂ ਸਾਨੂੰ ਇਹ ਦੱਸੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਕਿਵੇਂ ਸਥਾਪਿਤ ਕੀਤੀ ਜਾ ਸਕਦੀ ਹੈ? ਬੀਬਾ, ਇਹਦੇ ਬਾਰੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਸੀਂ ਨਿਰੰਤਰ ਇੱਕ ਹੋਕਾ ਦਿੰਦੇ ਆ ਰਹੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਸਭ ਤੋਂ ਪਹਿਲਾਂ ਅਤੇ ਸਭ ਬੇਹੱਦ ਜ਼ਰੂਰੀ ਹੈ। ਜਦੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਨੂੰ ਅਸੀਂ ਸਥਾਪਿਤ ਨਹੀਂ ਕਰਦੇ, ਉਦੋਂ ਤੱਕ ਆ ਜਿਹੜੀ ਸਾਡੇ ਕੌਮ ਦੇ ਸਾਹਮਣੇ ਆਏ ਦਿਨ ਨਵੇਂ ਮਸਲੇ ਖੜ੍ਹੇ ਹੋ ਜਾਂਦੇ ਨੇ, ਆਏ ਦਿਨ ਨਵੇਂ ਵਿਵਾਦ ਖੜ੍ਹੇ ਹੋ ਜਾਂਦੇ ਨੇ, ਉਦੋਂ ਤੱਕ ਅਸੀਂ ਇਹਨਾਂ ਦਾ ਹੱਲ ਨਹੀਂ ਕਰ ਸਕਦੇ। ਕਿਉਂਕਿ ਅਸੀਂ ਸਮਝਦੇ ਹਾਂ ਕਿ ਜਦੋਂ ਤੱਕ ਸਾਡੇ ਕੋਲ ਇੱਕ ਸਰਵਉੱਚ ਸ਼ਕਤੀ ਆ ਜਿਹੜੀ ਉਹ ਨਹੀਂ ਹੁੰਦੀ, ਕੌਮ ਦੇ ਸਿਰ 'ਤੇ ਕੁੰਡਾ ਨਹੀਂ ਹੁੰਦਾ, ਉਦੋਂ ਤੱਕ ਇਹ ਜਿਹੜੀਆਂ ਆਪ ਹੁਦਰੀਆਂ ਨੇ ਉਹਨਾਂ ਨੂੰ ਅਸੀਂ ਨਹੀਂ ਰੋਕ ਸਕਦੇ। ਸੋ ਅਸੀਂ ਇਸ ਬਾਰੇ ਮਤਲਬ ਕੌਮ ਦੇ ਬੁੱਧੀਜੀਵੀਆਂ ਨੂੰ, ਕੌਮ ਦੇ ਧਾਰਮਿਕ ਆਗੂਆਂ ਨੂੰ ਵਾਰ ਵਾਰ ਇਸ ਤਰ੍ਹਾਂ ਦਾ ਹੋਕਾ ਦਿੱਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਦੀ ਸਥਾਪਤੀ ਲਈ ਕੌਮ ਕੁਛ ਕਰੇ। ਅੱਜ ਤੱਕ ਦੇਖੋ ਸ਼੍ਰੋਮਣੀ ਕਮੇਟੀ ਦੀਆਂ ਕਿੰਨੀ ਵਾਰ ਚੋਣਾਂ ਨੇ ਜਿਹੜੀਆਂ ਹੋ ਚੁੱਕੀਆਂ ਨੇ, ਪਰੰਤੂ ਕਿਸੇ ਵੀ ਚੋਣ ਦੇ ਵਿੱਚ, ਸ਼੍ਰੋਮਣੀ ਕਮੇਟੀ ਦੀ ਕਿਸੇ ਵੀ ਚੋਣ ਦੇ ਵਿੱਚ, ਕਿਸੇ ਵੀ ਧਿਰ ਵੱਲੋਂ ਇਹ ਮੁੱਦਾ ਜਿਹੜਾ ਉਹ ਸਾਹਮਣੇ ਨਹੀਂ ਲੈ ਕੇ ਆਉਂਦਾ ਗਿਆ ਸਿੱਖ ਸੰਗਤਾਂ ਕਿਤੇ ਕਿ ਜੇ ਅਸੀਂ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਹੋਵਾਂਗੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਜ਼ਾਦ, ਜਿਹੜੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਉਹਦੀ ਸਥਾਪਤੀ ਵੱਲ ਕਦਮ ਵਧਾਵਾਂਗੇ, ਜਥੇਦਾਰ ਨੇ ਜਿਹੜੇ ਉਹਨਾਂ ਦੀ ਆਜ਼ਾਦ ਹੋਂਦ ਆ ਜਿਹੜੀ ਉਹਦੇ ਵੱਲ ਅਸੀਂ ਤੁਰਾਂਗੇ। ਸੋ ਹੋਣਾ ਤਾਂ ਇਹ ਚਾਹੀਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਿਸ ਤਰ੍ਹਾਂ ਈਸਾਈ ਕੌਮ ਆ ਆਪਣਾ ਪੋਪ ਚੁਣਦੀ ਆ, ਉਹ ਸਮੁੱਚੇ ਈਸਾਈ ਨੇ ਜਿਹੜੀਆਂ ਉਹਨਾਂ ਦੀਆਂ ਧਾਰਮਿਕ ਸੰਸਥਾਵਾਂ ਨੇ, ਇੱਕ ਉਹਨਾਂ ਨੇ ਬੜਾ ਵਧੀਆ ਉਹਦੇ ਲਈ ਨੀਤੀ ਵਿਧਾਨ ਘੜਿਆ ਹੋਇਆ ਕਿ ਕਿਸ ਤਰ੍ਹਾਂ ਉਹਦੀ ਆ ਜਿਹੜੀ ਚੋਣ ਹੁੰਦੀ ਆ। ਸੋ ਉਸੇ ਹੀ ਤਰ੍ਹਾਂ ਸਮੁੱਚੀ ਕੌਮ ਆ ਜਿਹੜੀ, ਸਮੁੱਚੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ, ਉਹਨਾਂ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਵਿੱਚ ਸਿੱਧਾ ਹੱਥ ਹੋਣਾ ਚਾਹੀਦਾ। ਸਾਡੀਆਂ ਜਿੰਨੀਆਂ ਵੀ ਵਿਦੇਸ਼ਾਂ ਦੇ ਵਿੱਚ ਵੀ ਸਥਾਪਿਤ ਨੇ, ਦੇਸ਼ ਦੇ ਵਿੱਚ ਵੀ ਅਤੇ ਸਾਡੇ ਪੰਜਾਬ ਦੇ ਵਿੱਚ ਵੀ ਜਿੰਨੀਆਂ ਧਾਰਮਿਕ ਜਥੇਬੰਦੀਆਂ ਨੇ, ਉਹਨਾਂ ਦੀ ਇਸ ਗੱਲ ਲਈ ਨੁਮਾਇੰਦਗੀ ਹੋਣੀ ਚਾਹੀਦੀ ਆ ਕਿ ਉਹ ਉਹਦੇ ਵਿੱਚ ਰੋਲ ਨਿਭਾਉਣ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੌਣ ਹੋਵੇ। ਸੋ ਪਹਿਲਾਂ ਸਾਡੇ ਲਈ ਇਹ ਹੋਣਾ ਚਾਹੀਦਾ ਢੰਗ ਤਰੀਕਾ ਕਿ ਚੋਣ ਕਿਵੇਂ ਕਰਨੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ। ਫਿਰ ਦੂਜੀ ਗੱਲ ਹੈ ਕਿ ਉਹਦੇ ਕੋਲ ਅਧਿਕਾਰ ਕੀ ਆ, ਕਿ ਉਹ ਕਿਹੜੇ ਕਿਹੜੇ ਅਧਿਕਾਰ ਨੇ ਜਿਨ੍ਹਾਂ ਦੀ ਜਥੇਦਾਰ ਵਰਤੋਂ ਕਰੂਗਾ। ਤੀਸਰੀ ਗੱਲ ਇਹ ਆ ਕਿ ਜੇ ਖੁਦਾ ਨਾ ਖਾਸਤਾ ਜਥੇਦਾਰ ਕੋਈ ਗਲਤੀ ਕਰਦਾ, ਕੋਈ ਗੁਨਾਹ ਕਰਦਾ, ਤਾਂ ਉਹਨੂੰ ਹਟਾਇਆ ਕਿਵੇਂ ਜਾਣਾ। ਸੋ ਇਹ ਤਿੰਨ ਜਿਹੜੀਆਂ ਗੱਲਾਂ ਨੇ ਇਹਦੇ ਬਾਰੇ ਵਿਧੀ ਵਿਧਾਨ ਆ ਜਿਹੜਾ ਉਹ ਸਾਡੀ ਕੌਮ ਦੇ ਜਿਹੜੇ ਬੁੱਧੀਜੀਵੀ ਨੇ, ਧਾਰਮਿਕ ਆਗੂ ਨੇ, ਉਹ ਮਿਲ ਬੈਠ ਕੇ ਇਸ ਗੱਲ ਨੂੰ ਕੱਢ ਸਕਦੇ ਨੇ। ਅਗਲੀ ਗੱਲ ਇਹ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਜ਼ਾਦ ਡਾਇਰੈਕਟੋਰੇਟ ਹੋਣਾ ਚਾਹੀਦਾ ਕਿ ਜਿੱਥੋਂ ਸਿੱਧਾ ਮਤਲਬ ਉਹਦੇ ਲਈ ਜਿਹੜੀ ਆਮਦਨ ਹੈ ਉਹ ਕਿਸੇ ਉਹਦਾ ਸਾਨੂੰ ਕੌਮ ਨੂੰ ਪੂਰਾ ਜਿਹੜਾ ਸਰੋਤ ਆ ਉਹ ਦੇਣਾ ਚਾਹੀਦਾ, ਅਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਡਾਇਰੈਕਟੋਰੇਟ ਆ ਉਹ ਆਪਣੀ ਆਜ਼ਾਦ ਹਸਤੀ ਨਾਲ ਆਪਣਾ ਕੰਮ ਕਰੇ ਅਤੇ ਉਹਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਜਿਹੜਾ ਅਧਿਕਾਰਾਂ ਦੀ ਉਹ ਵਰਤੋਂ ਕਰਕੇ ਜਿਹੜੇ ਵੀ ਕੌਮ ਦੇ ਵਿੱਚ ਵਿਵਾਦ ਆਉਂਦੇ ਨੇ ਜਾਂ ਕੌਮ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ ਉਹਦੇ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦਿਸ਼ਾ ਨਿਰਦੇਸ਼ ਨੇ ਜਿਹੜੇ ਜਾਰੀ ਕਰਨ ਅਤੇ ਉਹਨਾਂ ਨੂੰ ਲਾਗੂ ਕਰਾਉਣ ਦੀ ਵੀ ਉਹਨਾਂ ਦੇ ਵਿੱਚ ਪੂਰੀ ਸ਼ਕਤੀ ਆ ਜਿਹੜੀ ਹੋਣੀ ਚਾਹੀਦੀ ਆ। ਜਿਸ ਤਰ੍ਹਾਂ ਆਮ ਤੌਰ 'ਤੇ ਹੁੰਦਾ ਕਿ ਕਾਨੂੰਨ ਆ ਜਿਹੜਾ ਉਹ ਬਣਾ ਦਿੱਤਾ ਜਾਂਦਾ ਪਰ ਉਹਨੂੰ ਲਾਗੂ
ਨਹੀਂ ਕੀਤਾ ਜਾਂਦਾ। ਪਰ ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਜਿਹੜਾ ਵੀ ਮਤਲਬ ਇਸ ਤਰ੍ਹਾਂ ਦਾ ਸਿਧਾਂਤ ਬਣਾਇਆ ਜਾਂਦਾ ਉਹਨੂੰ ਲਾਗੂ ਕਰਾਉਣ ਦੀਆਂ ਸ਼ਕਤੀਆਂ ਵੀ ਹੋਣੀਆਂ ਚਾਹੀਦੀਆਂ। ਤੁਸੀਂ ਅੱਜ ਦੇਖੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਇੱਕ ਮਰਿਆਦਾ, ਪਰੰਤੂ ਹਰ ਗੁਰਦੁਆਰੇ ਦੀ ਵੱਖੋ ਵੱਖਰੀ ਮਰਿਆਦਾ ਜਿਹੜੀ ਉਹ ਬਣੀ ਹੋਈ ਆ। ਸਿਰਫ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਨੇ ਜਿੱਥੇ ਉਸ ਮਰਿਆਦਾ ਦੀ ਥੋੜ੍ਹੀ ਬਹੁਤੀ ਪਾਲਣਾ ਕੀਤੀ ਜਾਂਦੀ ਹੈ, ਨਹੀਂ ਹਜ਼ੂਰ ਸਾਹਿਬ ਚਲੇ ਜਾਓ ਵੱਖਰੀ ਆ, ਪਟਨਾ ਸਾਹਿਬ ਚਲੇ ਜਾਓ ਵੱਖਰੀ ਆ, ਨਾਨਕਸਰੀਆਂ ਦੀ ਵੱਖਰੀ ਆ, ਹੋਰਾਂ ਦੀ ਜਿਹੜੀ ਵੱਖਰੀ ਆ, ਸਭ ਨੇ ਆਪੋ ਆਪਣੀ ਮਰਿਆਦਾ ਜਿਹੜੀ ਉਹ ਬਣਾ ਲਈ ਆ। ਇੱਥੋਂ ਤੱਕ ਕਿ ਜਿਹੜੀ ਗੁਰਬਾਣੀ ਆ, ਗੁਟਕਾ ਤੁਸੀਂ ਨਾਨਕਸਰ ਜਾ ਕੇ ਖਰੀਦੋ ਅਤੇ ਉਹਦੇ ਵਿੱਚ ਜਿਹੜੀ ਗੁਰਬਾਣੀ ਆ ਉਹ ਤੁਹਾਨੂੰ ਉਹਦੇ ਵਿੱਚ ਉਹਨਾਂ ਨੇ ਉਹ ਸੰਪਟ ਲਾ ਕੇ ਉਹਨਾਂ ਕੁਛ ਹੋਰ ਬਣਾਤਾ। ਸੋ ਇਸ ਤਰ੍ਹਾਂ ਰਹਿ ਰਾਸ ਤੁਸੀਂ ਦੇਖ ਲਓ ਉਹ ਕਿਸੇ ਗੁਟਕੇ ਵਿੱਚ ਕੀ ਆ, ਕਿਸੇ ਗੁਟਕੇ ਵਿੱਚ ਕੀ ਆ। ਸੋ ਜਿਹੜੀਆਂ ਸਿੱਖੀ ਸਿਧਾਂਤ ਪਰੰਪਰਾਵਾਂ ਮਰਿਆਦਾ ਇਹਨਾਂ ਦੀ ਰਾਖੀ ਅਤੇ ਇਹਨਾਂ ਨੂੰ ਇੱਕ ਸਰੂਪ ਦੇਣਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਪਰੰਤੂ ਇਹ ਤਦ ਹੀ ਸੰਭਵ ਹੋਊਗਾ ਜੇ ਉਹ ਕੌਮ ਦੇ ਜਥੇਦਾਰ ਹੋਣਗੇ ਅਤੇ ਕੌਮ ਉਹਨਾਂ ਦਾ ਹੁਕਮ ਵੀ ਮੰਨੂਗੀ ਅਤੇ ਉਹਨਾਂ ਦਾ ਸਤਿਕਾਰ ਵੀ ਕਰੂਗੀ। ਅਤੇ ਫਿਰ ਇਹੋ ਜਿਹੀ ਨੌਬਤ ਆ ਜਿਹੜੀ ਨਹੀਂ ਆਊਗੀ ਕਿ ਜੇ ਜਥੇਦਾਰ ਸਾਹਿਬ ਕਿਤੇ ਜਾਣ ਅਤੇ ਉਹਨਾਂ ਦੇ ਵਿਰੁੱਧ ਕੋਈ ਬੰਦਾ ਜਿਹੜਾ ਉਹ ਨਾਅਰੇਬਾਜ਼ੀ ਕਰੇ। ਆਖਿਰ ਨੂੰ ਇਹ ਨਾਅਰੇਬਾਜ਼ੀ ਹੋਈ ਕਿਉਂ ਆ? ਕਿ ਕੌਮ ਦੇ ਮਨ 'ਚ ਇੱਕ ਰੋਸ ਹੈ, ਜਿਹੜੇ ਸਾਡੇ ਖਾਸ ਕਰਕੇ ਵਿਦੇਸ਼ਾਂ 'ਚ ਬੈਠੇ ਵੀਰ ਨੇ ਪੰਜਾਬੀ ਸਿੱਖ ਵੀਰ ਨੇ ਜਿਹੜੇ, ਉਹਨਾਂ ਦੇ ਮਨ 'ਚ ਇੱਕ ਰੋਸ ਹੈ ਕਿ ਜਿਹੜੀ ਸਿੱਖ ਸਮੱਸਿਆਵਾਂ ਨੇ, ਸਿੱਖ ਮੁੱਦੇ ਨੇ, ਸਿੱਖ ਸੰਘਰਸ਼ ਆ। ਅੱਜ ਬਾਪੂ ਸੂਰ ਸਿੰਘ ਖਾਲਸਾ ਦਾ ਸੰਘਰਸ਼ ਆ ਜਿਹੜਾ ਉਹ 167-67ਵੇਂ ਦਿਨ 'ਚ ਸ਼ਾਮਿਲ ਹੋ ਗਿਆ। ਪਰੰਤੂ ਕੌਮ ਦਾ ਜਥੇਦਾਰ ਹੋਣ ਦੇ ਬਾਵਜੂਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਵੀ ਸ਼ਬਦ ਇਸ ਸੰਘਰਸ਼ ਬਾਰੇ ਨਹੀਂ ਬੋਲਿਆ। ਉਹਨਾਂ ਦਾ ਫਰਜ਼ ਬਣਦਾ ਸੀ ਕਿ ਘੱਟੋ ਘੱਟ ਜੇ ਉਹ ਬਾਦਲ ਦੀਆਂ ਜ਼ੰਜੀਰਾਂ 'ਚ ਵੀ ਜਕੜੇ ਹੋਏ ਨੇ ਅਤੇ ਜੇ ਉਹ ਇੱਕ ਵਾਰੀ ਇੱਕ ਬਿਆਨ ਦੇ ਦਿੰਦੇ ਕਿ ਬੰਦੀ ਸਿੰਘਾਂ ਦੀ ਰਿਹਾਈ ਆ ਜਿਹੜੀ ਹੋਣੀ ਚਾਹੀਦੀ ਆ, ਤਾਂ ਫਿਰ ਕੀ ਸੀ? ਪਹਿਲਾ ਜਿਹੜਾ ਸੰਘਰਸ਼ ਸੀ ਭਾਈ ਗੁਰਬਖਸ਼ ਸਿੰਘ ਖਾਲਸੇ ਦਾ, ਉਸ ਸੰਘਰਸ਼ ਨੂੰ ਤਾਰਪਿੰਡੋ ਕਰਨ ਦੇ ਲਈ ਜਥੇਦਾਰ ਅਕਾਲ ਤਖਤ ਦੀ ਵਰਤੋਂ ਕੀਤੀ ਗਈ। ਸੋ ਇਹ ਜਿਹੜਾ ਲੋਕਾਂ ਦੇ ਮਨਾਂ 'ਚ ਰੋਸ ਹੈ, ਉਹ ਮੈਂ ਸਮਝਦਾ ਕਿ ਉਹ ਰੋਸ ਵੀ ਆਪਣੀ ਥਾਂ ਜਾਇਜ਼ ਆ ਕਿ ਇੱਕ ਕੌਮ ਦਾ ਜਥੇਦਾਰ ਹੈ ਉਹਦੀ ਘੱਟੋ ਘੱਟ ਇੰਨੀ ਕੁ ਜ਼ਮੀਰ ਤਾਂ ਹੋਣੀ ਚਾਹੀਦੀ ਆ ਕਿ ਜਿਹੜੇ ਕੌਮ ਦੇ ਮੁੱਦੇ ਨੇ ਉਹਨਾਂ 'ਤੇ ਆਪਣਾ ਮੂੰਹ ਤਾਂ ਖੋਲ੍ਹੇ, ਉਹਨਾਂ ਦੇ ਹੱਕ 'ਚ ਤਾਂ ਬੋਲੇ। ਸੋ ਜੋ ਕੁਝ ਭਾਵੇਂ ਕਿ ਇਟਲੀ 'ਚ ਵਾਪਰਿਆ ਇਹ ਦੁਖਦਾਈ ਵੀ ਆ ਅਤੇ ਸ਼ਰਮਨਾਕ ਵੀ ਆ, ਪਰੰਤੂ ਜਦੋਂ ਅਸੀਂ ਕਹਿੰਦੇ ਹਾਂ ਕਿ ਆਖਿਰ ਨੂੰ ਜਿਹੜੀ ਜਵਾਲਾਮੁਖੀ ਆ ਇਹ ਕਿੰਨੀ ਕੁ ਦੇਰ ਅੰਦਰ ਰਹਿ ਸਕਦੀ ਆ, ਉਹਨੇ ਇੱਕ ਨਾ ਇੱਕ ਦਿਨ ਫਟਣਾ ਹੁੰਦਾ। ਸੋ ਉਹ ਇਟਲੀ ਦੇ ਵਿੱਚ ਜੋ ਕੁਝ ਵਾਪਰਿਆ ਉਹ ਸਿੱਖਾਂ ਦੇ ਮਨਾਂ 'ਚ ਜਿਹੜਾ ਰੋਹ ਅਤੇ ਰੋਸ ਆ ਉਹ ਜਵਾਲਾਮੁਖੀ ਜ਼ਰੂਰ ਫੁੱਟਿਆ। ਪਰੰਤੂ ਸਾਨੂੰ ਇਹ ਜ਼ਰੂਰ ਸੋਚਣਾ ਪਊਗਾ ਕਿ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਹਾਨਤਾ ਕਿਤੇ ਨਾ ਕਿਤੇ ਉਹਨੂੰ ਵੀ ਇਸ ਗੱਲ ਦੇ ਨਾਲ ਠੇਸ ਪਹੁੰਚਦੀ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਦੋਂ ਇਸ ਤਰ੍ਹਾਂ ਦੀ ਦੁਰਦਸ਼ਾ ਹੁੰਦੀ ਆ। ਸੋ ਇਸ ਗੱਲ ਨੂੰ ਕੌਮ ਨੂੰ ਜ਼ਰੂਰ ਮੱਦੇਨਜ਼ਰ ਰੱਖਦਿਆਂ ਹੋਇਆਂ ਸਾਨੂੰ ਜਿਹੜੀ ਸਾਰੇ ਦੁੱਖਾਂ ਦਾ ਜਿਹੜੀ ਦਾਰੂ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਤਾ ਉਹਦੇ ਵੱਲ ਸਮੁੱਚੇ ਪੰਥ ਦਰਦੀਆਂ ਨੂੰ ਤੁਰਨਾ ਚਾਹੀਦਾ। ਉਸ ਪਾਸੇ ਸਾਨੂੰ ਵਿਧੀ ਵਿਧਾਨ ਘੜਨ ਵੱਲ, ਉਸ ਪਾਸੇ ਸਾਡੀ ਕੌਮ ਦੇ ਵਿੱਚ ਇੱਕ ਵਿਚਾਰ ਚਰਚਾ ਸ਼ੁਰੂ ਹੋਵੇ, ਉਹ ਤੋਂ ਬਾਅਦ ਜਿਹੜਾ ਵਿਧੀ ਵਿਧਾਨ ਘੜਨ ਦੀ ਗੱਲ ਆ ਜਿਹੜੀ ਉਹ ਹੋਣੀ ਚਾਹੀਦੀ ਹੈ। ਕੀ ਅਗਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਦੇ ਮੁੱਦੇ 'ਤੇ ਨਹੀਂ ਲੜੀਆਂ ਜਾਣੀਆਂ ਚਾਹੀਦੀਆਂ? ਦੇਖੋ ਵੀ ਮੈਂ ਤਾਂ ਮਤਲਬ ਇਸ ਗੱਲ ਦਾ ਹਮੇਸ਼ਾ ਤੋਂ ਹਮਾਇਤੀ ਰਿਹਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੇ ਇਸ ਤਰ੍ਹਾਂ ਦੇ ਜਿਹੜੇ ਨਿਯਮ ਨੇ ਘੜਨੇ ਨੇ ਅਤੇ ਉਹ ਇਸ ਗੱਲ ਦੇ ਸਮਰੱਥ ਵੀ ਆ ਕਿ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੇ ਆਜ਼ਾਦ ਮਤਲਬ ਡਾਇਰੈਕਟੋਰੇਟ ਆ ਜਿਹੜਾ ਉਹ ਸਥਾਪਿਤ ਕਰ ਦਿੱਤਾ ਜਾਂਦਾ ਕਿ ਉਹਦੇ ਲਈ ਜਿਹੜਾ ਆਮਦਨ ਦਾ ਸਰੋਤ ਹੈ ਉਹ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਬਜਟ ਆ ਉਹਦਾ 10%, ਜ਼ਿਆਦਾ ਨਹੀਂ ਤਾਂ 10% ਵੀ ਜੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਜ਼ਾਦ ਡਾਇਰੈਕਟੋਰੇਟ ਨੂੰ ਮਤਲਬ ਉਹ ਪੱਕੇ ਤੌਰ 'ਤੇ ਦੇਣਾ ਸ਼ੁਰੂ ਕਰ ਦਈਏ ਤਾਂ ਉਹ ਵਧੀਆ ਢੰਗ ਦੇ ਨਾਲ ਸਮੁੱਚੀ ਦੁਨੀਆ ਦੇ ਵਿੱਚ ਸਿੱਖੀ ਪ੍ਰਚਾਰ ਪਸਾਰ ਮਾਨ ਮਰਿਆਦਾ ਅਤੇ ਜਿਹੜੀ ਸਾਡੀ ਸਾਂਝੀ ਇੱਕ ਜਿਹੜੀ ਆਪਾਂ ਗੱਲ ਕੀਤੀ ਆ ਕਿ ਮਰਿਆਦਾ ਹੈ ਜਿਹੜੀ ਅਕਾਲ ਤਖਤ ਸਾਹਿਬ ਦੀ ਉਹਨੂੰ ਲਾਗੂ ਕਰਨ ਦੇ ਲਈ ਬਹੁਤ ਵਧੀਆ ਢੰਗ ਨਾਲ ਕੰਮ ਕਰ ਸਕਦਾ। ਸੋ ਆਉਣ ਵਾਲੀਆਂ ਚੋਣਾਂ ਨੇ ਜੇ ਅੱਜ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਬਾਦਲ ਅਤੇ ਦੂਸਰੇ ਪਾਸੇ ਜਿਹੜੀਆਂ ਪੰਥਕ ਧਿਰਾਂ ਨੇ ਉਹ ਮਤਲਬ ਖੱਖੜੀਆਂ ਕਰੇਲੇ ਹੋਈਆਂ ਹੋਈਆਂ ਨੇ, ਵੱਖੋ ਵੱਖਰੇ ਉਹਨਾਂ ਦੇ ਧੜੇ ਨੇ, ਉਹ ਕਿਸੇ ਵੀ ਮੁੱਦੇ 'ਤੇ ਇਕੱਠੀਆਂ ਨਹੀਂ ਹੋ ਰਹੀਆਂ। ਮੈਂ ਇਹ ਉਹਨਾਂ ਨੂੰ ਅਪੀਲ ਜ਼ਰੂਰ ਕਰੂੰਗਾ ਕਿ ਉਹ ਘੱਟੋ ਘੱਟ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਦੇ ਨਾਅਰੇ ਥੱਲੇ ਕਿ ਜੇ ਸ਼੍ਰੋਮਣੀ ਕਮੇਟੀ 'ਤੇ ਸਾਡਾ ਕਬਜ਼ਾ ਹੁੰਦਾ, ਸ਼੍ਰੋਮਣੀ ਕਮੇਟੀ 'ਚ ਅਸੀਂ ਜਿੱਤ ਪ੍ਰਾਪਤ ਕਰਦੇ ਹਾਂ ਅਤੇ ਸਭ ਤੋਂ ਪਹਿਲਾ ਕੰਮ ਆ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਅਤੇ ਜਿਹੜਾ ਉਹਦਾ ਵੱਖਰਾ ਆਜ਼ਾਦ ਡਾਇਰੈਕਟੋਰੇਟ ਆ ਅਸੀਂ ਉਹਦੀ ਕਾਇਮੀ ਕਰਾਂਗੇ। ਸੋ ਆਉਣ ਵਾਲੀਆਂ ਜਿਹੜੀਆਂ ਜੇ ਸ਼੍ਰੋਮਣੀ ਕਮੇਟੀ ਚੋਣਾਂ ਨੇ ਜਿਹੜੀ ਉਹ ਜ਼ਰੂਰ ਮੈਂ ਚਾਹੁੰਦਾ ਕਿ ਜਿਹੜੀਆਂ ਬਾਕੀ ਪੰਥਕ ਧਿਰਾਂ ਨੇ ਬਾਦਲ ਵਿਰੋਧੀ ਉਹ ਇਸ ਮੁੱਦੇ ਨੂੰ ਅੱਗੇ ਰੱਖ ਕੇ ਸਾਂਝਾ ਮੁੱਦਾ ਬਣਾ ਕੇ ਇਸ ਮੁੱਦੇ 'ਤੇ ਲੜਨ ਤਾਂ ਕਿ ਕੌਮ ਦੇ ਲਈ ਜਿਹੜੀ ਸਮੱਸਿਆ ਸਾਡੇ ਕੋਲ ਰੋਜ਼ਾਨਾ ਆਏ ਦਿਨ ਸਮੱਸਿਆ ਖੜੀ ਹੁੰਦੀ ਹੈ ਇਹਨੂੰ ਅਸੀਂ ਦੂਰ ਕਰ ਸਕੀਏ। ਧਰਮ ਨੂੰ ਸਿਆਸਤ ਦੇ ਗਲਬੇ 'ਚੋਂ ਆਜ਼ਾਦ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ
ਸਰਵ ਉੱਚਤਾ ਦੀ ਮਹਾਨਤਾ ਨੂੰ ਦੇਖਦਿਆਂ ਹੋਇਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਦੀ ਹੋਂਦ ਨੂੰ ਜ਼ਰੂਰ ਕਾਇਮ ਕਰਨਾ ਚਾਹੀਦਾ ਹੈ। ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।